ਕਈ ਵਾਰ ਕਹਿ ਵੀ ਦਿੰਦੇ ਲੋਕ ਵੀ ਸਿੱਧੂ ਮੂਸੇਵਾਲੇ ਦੀ ਫੋਟੋ ਕਿਉਂ ਲਾਈ ਆ? ਹਾਂਜੀ ਹਾਂਜੀ ਬਹੁਤ ਕਹਿੰਦੇ ਕਹਿੰਦੇ ਨੇ ਹਾਂਜੀ ਫਿਰ ਉਦੋਂ ਤੁਹਾਡਾ ਕੀ ਜਵਾਬ ਹੁੰਦਾ? ਨਹੀਂ ਜੋ ਚੀਜ਼ ਸਾਨੂੰ ਪਸੰਦ ਹੈ ਉਹਦੀ ਅਸੀਂ ਲਾ ਸਕਦੇ ਹਾਂ। ਕਈ ਵਾਰ ਸਿੰਘ ਤਾਂ ਨਹੀਂ ਫਸੇ ਕਿਸੇ ਨਾਲ ਫੋਟੋਆਂ ਵਿੱਚ ਵੀ ਤਾਂ ਫੋਟੋ ਕਿਉਂ ਲਾਈਆਂ? ਨਹੀਂ ਬਹੁਤ ਫਸਦੇ ਆ ਪੈਗ ਲਾ ਕੇ ਸ਼ਾਮ ਨੂੰ ਬਹੁਤ। ਅੱਛਾ ਅਰੇ ਵਿੱਚ ਕਈ ਵਿਰੋਧੀ ਵੀ ਆ ਜਾਂਦੇ ਨੇ ਵੀ ਫੋਟੋਆਂ ਕਿਉਂ ਲਾਈਆਂ ਨੇ ਤੈਂ ਕਰਦੇ। ਚਲ ਇਤਨਾ ਹੁੰਦਾ ਹੀ ਆ ਵਿਰੋਧ ਤਾਂ ਫਿਰ ਜੀ ਚੀ ਚੀ ਚੜਾਈ ਹੋਵੇ ਚੜਾਈ ਹੋਵੇ ਫਿਰ ਜੀ ਚੜਾਈ ਹੋਵੇ ਨਾ ਉਹਦੀ ਵਿਰੋਧ ਤਾਂ ਹੁੰਦੀ ਹੁੰਦੀ ਹੈ। ਇਹ ਫੋਟੋਆਂ ਲੱਗਣ ਤੋਂ ਪਹਿਲਾਂ ਕਿਸੇ ਹੋਰ ਕਲਾਕਾਰ ਦੀਆਂ ਵੀ ਫੋਟੋ ਲਾਈਆਂ? ਨਹੀਂ ਪਹਿਲੇ ਮਾਨਕ ਨਾਂ ਦੀ ਕੁਲਦੀਪ ਮਾਨਕ ਦੀ ਤੇ ਸ਼ਰਿੰਦਰ ਸ਼ਿੰਦਾ ਜੀ ਹਾਂ ਪਿੱਛੇ ਦੇਖ ਰਹੇ ਇੱਕ ਮਾਨਕ ਸਾਹਿਬ ਦੀ ਜਮਲਾ ਸਾਹਿਬ ਦੀ ਫੋਟੋ ਲੱਗੀ ਹੋਈ ਆ। ਜਮਲਾ ਸਾਹਿਬ ਦੀ ਸਦੀ ਕੀਤੀ ਵੀ ਸੀਗੀਆਂ ਪਰ ਲੇਕਿਨ ਬਾਹਰ ਨਹੀਂ ਸੀਗੀਆਂ ਹੁਣ ਅਸੀਂ ਦੇਖ ਕੇ ਵੀ ਚਲੋ ਵਧੀਆ ਕਲਾਕਾਰ ਹੈ ਮੁੰਡਾ। ਕਲਾਕਾਰ ਵੀ ਵਧੀਆ ਤੇ ਨਵੀਂ ਉਮਰ ਦਾ ਮੁੰਡਾ ਹੈ। ਵਧੀਆ ਲੱਗਦੇ ਅਸੀਂ ਤਾਂ ਕਬੱਡੀ ਕੱਪ ਤੇ ਵੀ ਬੁਲਾਇਆ ਉਹਨੂੰ ਸਿੱਧੂ ਮੂਸੇਵਾਲੇ ਦਿਖਦਾ। ਸੁਣਨ ਜਾਊਗਾ ਗੀਤ ਘਰੇ ਵੀ ਬੈਠ ਕੇ ਸੁਣ ਸਕਦੇ ਹੈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਅਸੀਂ ਦੇਖੇ ਨਹੀਂ ਹੈਗਾ। ਬਿਲਕੁਲ ਜੀ ਇੱਕ ਤਾਂ ਜਿਹੜੀ ਉਹਦੀ ਰਹਿਣੀ ਸਹਿਣੀ ਹੈ ਉਹ ਸਾਡੇ ਲੋਕਾਂ ਨਾਲ ਬਹੁਤ ਜ਼ਿਆਦਾ ਮਿਲਦੀ ਹੈ। ਕਈ ਵਾਰੀ ਹੋਇਆ ਕੋਈ ਸਿੱਧੂ ਮੂਸੇਵਾਲੇ ਦਾ ਹੋਰ ਰੋਕਿਆ ਕਈ ਵਾਰੀ? ਭਾਈ ਕਿਵੇਂ ਫੋਟੋਆਂ ਲਾਈਆਂ ਹੋਈਆਂ ਨੇ ਕਈ ਵਾਰੀ ਦੇਖਦੇ ਹਾਂ ਕਿ ਭਾਈ ਕਿਵੇਂ ਵਿਵਾਦਾਂ ਦੇ ਵਿੱਚ ਰਹਿੰਦਾ ਹੈ ਨਾ ਲੋਕ ਲੱਤਾਂ ਖਿੱਚਣਾ ਬਹੁਤ। ਕਈ ਵਾਰੀ ਕਹਿ ਵੀ ਦਿੰਦੇ ਲੋਕ ਵੀ ਸਿੱਧੂ ਮੂਸੇਵਾਲੇ ਦੀ ਫੋਟੋ ਕਿਉਂ ਲਾਈ ਆ? 59 ਟਰੈਕਟਰ ਦਿੱਤਾ ਸੀ ਉਹ 59 ਟਰੈਕਟਰ ਦੀ ਕੋਈ ਗੱਲ ਦੱਸੋ ਕਿਵੇਂ ਦਿੱਤਾ 59 ਟਰੈਕਟਰ? ਇੱਕ ਦੋ ਡੈਡੀ ਵੀ ਆਏ ਉਹਨਾਂ ਦੇ। ਅੱਛਾ ਉਹ ਡੈਡੀ ਵੀ ਰੁਕੇ ਉਹਨਾਂ ਦੇ? ਹਾਂਜੀ ਹਾਂਜੀ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਮੁਖ ਸੰਧੂ, ਤੁਸੀਂ ਜੁੜਿਓ ਜੱਟ ਬਾਬੇ ਟੈਲੀਵਿਜ਼ਨ ਦੇ ਉੱਪਰ। ਦੋਸਤੋ ਲਾਂਡਰਾ ਬਨੂੜ ਰੋਡ ਉੱਪਰ ਦੀ ਲੰਘੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਅਵਤਾਰ ਢਾਬਾ ਪੈਂਦਾ ਅਤੇ ਢਾਬੇ ਦੇ ਉੱਪਰ ਜਿਵੇਂ ਦੇਖਿਆ ਸਿੱਧੂ ਬਾਈ ਦੀਆਂ ਸਿੱਧੂ ਮੂਸੇਵਾਲੇ ਦੀਆਂ ਬਹੁਤ ਸਾਰੀਆਂ ਫੋਟੋਆਂ ਲੱਗੀਆਂ ਹੋਈਆਂ ਨੇ। ਜਦੋਂ ਤੁਸੀਂ ਰੋਡ ਦੇ ਉੱਪਰ ਲੰਘੋਗੇ ਤਾਂ ਤੁਹਾਨੂੰ ਦੇਖ ਕੇ ਪਤਾ ਲੱਗੂਗਾ। ਅਤੇ ਅਸੀਂ ਇਸ ਢਾਬੇ ਦੇ ਉੱਪਰ ਰੁਕਦੇ ਹਾਂ ਅਤੇ ਰੁਕ ਕੇ ਜਿਵੇਂ ਤੁਸੀਂ ਨੇ ਦੇਖਿਆ ਵੀਡੀਓ ਦੇ ਵਿੱਚ ਕਿ ਕਾਫੀ ਸਾਰੀਆਂ ਫੋਟੋਆਂ ਬਾਈ ਹੋਰਾਂ ਨੇ ਲਗਾਈਆਂ ਹੋਈਆਂ ਨੇ ਢਾਬੇ ਦੇ ਮਾਲਕ ਨੇ ਆਪਣੇ ਨਾਲ ਬਾਈ ਅਵਤਾਰ ਸਿੰਘ ਹੋਰੀ। ਵੀਰੇ ਇਹ ਢਾਬਾ ਕਰੇ ਨੂੰ ਕਿੰਨਾ ਕੁ ਟਾਈਮ ਹੋ ਗਿਆ? 10 ਸਾਲ ਹੋ ਗਏ। ਅੱਛਾ 10 ਸਾਲ ਹੋ ਗਏ ਅਤੇ ਕਿਵੇਂ ਦੇਖਿਆ ਬਾਹਰ ਬਹੁਤ ਸਾਰੀਆਂ ਫੋਟੋਆਂ ਨੇ ਸਿੱਧੂ ਮੂਸੇਵਾਲੇ ਦੀਆਂ ਲੱਗੀਆਂ ਹੋਈਆਂ ਨਾ ਆਲੇ ਦੁਆਲੇ ਜਿਵੇਂ ਤੁਹਾਡੇ ਢਾਬੇ ਦੇ ਉੱਪਰ ਮੈਂ ਦੇਖਿਆ ਘੁੰਮ ਕੇ ਚਾਰੇ ਪਾਸਿਓਂ। ਇਹ ਇਸ ਤੋਂ ਪਹਿਲਾਂ ਕਿੰਨਾ ਚਿਰ ਹੋ ਗਿਆ ਫੋਟੋਆਂ ਲੱਗੀਆਂ ਨੂੰ ਅਤੇ ਇਹ ਫੋਟੋਆਂ ਲੱਗਣ ਤੋਂ ਪਹਿਲਾਂ ਕਿਸੇ ਹੋਰ ਕਲਾਕਾਰ ਦੀਆਂ ਵੀ ਫੋਟੋਆਂ ਲਾਈਆਂ? ਨਹੀਂ ਪਹਿਲੇ ਮਾਨਕ ਨਾਂ ਦੀ ਕੁਲਦੀਪ ਮਾਨਕ ਦੀ ਅਤੇ ਸ਼ਰਿੰਦਰ ਸ਼ਿੰਦਾ ਜੀ। ਹਾਂ ਪਿੱਛੇ ਦੇਖ ਰਹੇ ਇੱਕ ਮਾਨਕ ਸਾਹਿਬ ਦੀ ਜਮਲਾ ਸਾਹਿਬ ਦੀ ਫੋਟੋ ਲੱਗੀ ਹੋਈ ਆ। ਜਮਲਾ ਸਾਹਿਬ ਦੀ ਸਦੀ ਕੀਤੀ ਵੀ ਸੀਗੀਆਂ ਪਰ ਲੇਕਿਨ ਬਾਹਰ ਨਹੀਂ ਸੀਗੀਆਂ ਹੁਣ ਅਸੀਂ ਦੇਖ ਕੇ ਵੀ ਚਲੋ ਵਧੀਆ ਕਲਾਕਾਰ ਹੈ ਮੁੰਡਾ ਗਾਣੇ ਵੀ ਅੱਛੇ ਆ। ਫਿਰ ਇਹੋ ਜਿਹੀ ਗੱਲ ਨਹੀਂ ਹੈ ਵੀ ਕਈਆਂ ਨੂੰ ਚਲੋ ਗੱਲ ਕਈ ਵਾਰੀ ਕਿਸੇ ਦੇ ਨਾਲ ਲੱਗ ਜਾਂਦੀ ਹੈ। ਕਲਾਕਾਰ ਵੀ ਵਧੀਆ ਅਤੇ ਨਵੀਂ ਉਮਰ ਦਾ ਮੁੰਡਾ ਹੈ ਇਸ ਕਰਕੇ ਬਹੁਤ ਵਧੀਆ ਲੱਗਦੇ। ਅਸੀਂ ਤਾਂ ਕਬੱਡੀ ਕੱਪ 'ਤੇ ਵੀ ਬੁਲਾਇਆ ਉਹਨੂੰ। ਕਬੱਡੀ? ਹਾਂਜੀ ਹਾਂ। ਕਿਹੜੇ ਪਿੰਡ ਹੋਇਆ ਸੀ ਕਬੱਡੀ ਕੱਪ? ਭਾਗੋ ਮਾਜਰੇ। ਕਿੱਥੋਂ? 59 ਟਰੈਕਟਰ ਮਿਲੇ? ਹਾਂਜੀ ਹਾਂਜੀ 59 ਟਰੈਕਟਰ ਵੀ ਆਪਾਂ ਨੇ ਦਿੱਤਾ ਸੀਗਾ ਉੱਥੋਂ। ਅੱਛਾ ਉਹ ਵੀ ਤੁਸੀਂ ਨੇ ਦਿੱਤਾ ਸੀ 59 ਟਰੈਕਟਰ? ਹਾਂਜੀ ਹਾਂਜੀ ਭਾਗੋ ਮਾਜਰੇ ਦਿੱਤਾ ਸੀਗਾ ਅਸੀਂ। ਅੱਛਾ ਭਾਈ, ਹਾਂਜੀ। ਅੱਛਾ ਭਾਈ ਇਹ ਫੋਟੋਆਂ ਜਿਹੜੀਆਂ ਲੱਗੀਆਂ ਨੇ ਕਿੰਨੇ ਕੁ ਟਾਈਮ ਤੋਂ ਲਾਈਆਂ ਹੋਈਆਂ ਨੇ ਇਹ? ਉਹ ਕੋਈ 5-6 ਸਾਲ ਹੋ ਗਏ ਇਹਨੂੰ। ਅੱਛਾ ਜਦੋਂ ਦਾ ਬਾਈ ਇੰਡਸਟਰੀ ਦੇ ਵਿੱਚ ਆਇਆ ਉਦੋਂ ਦਾ ਤੁਸੀਂ ਲਾਈਆਂ? ਸ਼ੁਰੂ ਦੇ ਵਿੱਚ ਆਇਆ ਸੀਗਾ ਜਦ ਦੇ ਲਾਤ ਜਿਹਦੇ ਸ਼ੁਰੂ ਦੇ ਵਿੱਚ ਲਾਈਆਂ ਹੋਏ ਤੇ ਇਹ ਜਿਹਾ ਭਾਈ ਦੁਬਾਰੇ ਫਿਰ ਪੁੱਛੂਗਾ ਕਿ ਖਾਸ ਲੱਗਿਆ ਕਿ ਵੀ ਜਾਣ ਕੇ ਸਿੱਧੂ ਮੂਸੇਵਾਲੇ ਦੇ ਵਿੱਚ ਇਹੋ ਜਿਹਾ ਕੀ ਖਾਸ ਲੱਗਿਆ ਕਿ ਤੁਸੀਂ ਨੇ ਹੋਰ ਕਲਾਕਾਰ ਦੀ ਫੋਟੋ ਨਹੀਂ ਲਾਈ ਸਿਰਫ ਅਤੇ ਸਿਰਫ ਤੁਹਾਡੇ ਢਾਬੇ ਦੇ ਉੱਪਰ ਸਿੱਧੂ ਮੂਸੇਵਾਲੇ ਦਿਖਦਾ? ਸਾਡੇ ਕੋਲ ਨਾ ਮੇਰੇ ਕੋਲ ਮੁੰਡੇ ਬਹੁਤ ਆਉਂਦੇ ਨੇ ਮਜਰੀ ਨਾ ਤੁਸੀਂ ਵੀਡੀਓ ਬਣਾ ਕੇ ਵੀ ਦੇਖੇ ਹੋਣੇ ਬਹੁਤ ਮੁੰਡੇ ਨੇ ਢਾਬੇ ਦੀ ਵੀਡੀਓ ਬਣਾ ਬਣਾ ਕੇ ਪਾਈ ਹੈ ਨਾ ਹੁਣ ਵੀ ਕੋਈ ਥੋੜ੍ਹੀਆਂ ਟਿਕਟੋਕ ਵਗੈਰਾ ਦੇ ਉੱਪਰ ਬਹੁਤ ਸਾਰੀਆਂ ਵਾਇਰਲ ਹੋਈਆਂ ਨੇ ਵੀਡੀਓ ਇਸ ਤਰ੍ਹਾਂ ਮੇਰੀ ਨਿਗਾਹ ਪਈ ਕਿ ਅਵਤਾਰ ਢਾਬਾ ਸ਼ਾਇਦ ਉਹੀ ਆ। ਮੈਂ ਟਿਕਟੋਕ ਦੇ ਉੱਪਰ ਕਦੋਂ ਟਿਕਟੋਕ ਚੱਲਦੀ ਸੀ ਉਸ ਟਾਈਮ 'ਤੇ ਬਹੁਤ ਵਾਇਰਲ ਹੁੰਦੀਆਂ ਸੀ। ਹਾਂਜੀ ਹਾਂਜੀ ਉਸ ਟਾਈਮ ਬਹੁਤ ਵਾਇਰਲ ਹੋਈ ਵੀਡੀਓ ਨੇ ਬਹੁਤ ਮੁੰਡਿਆਂ ਨੇ ਪਾਈ ਹੈ ਉਹ ਜਿੱਦਾਂ। ਅੱਛਾ ਗੀਤ ਕਿਵੇਂ ਲੱਗਦੇ ਨੇ ਬਾਈ ਦੇ?
बहुत अच्छे फिर ठीक है अपने सुनने योग हैं गीत घर भी बैठ के सुन सकते हैं यह जी कोई गल नहीं है देखे नहीं है वधिया छोटे एरिए मैं एक चीज़ देखी है काफ़ी समय से नोट करा मैं रहा भी हाँ थोड़े इस मोहाली एरिए पूरे कलाकार मतलब कोई माड़े कलाकार ये एरिया पसंद नहीं करता कि जो कोई गलबात होंगी है वो छोटे लोग उस कलाकार पसंद करते हैं काफ़ी मतलब इन्हों की जी चॉइस है काफ़ी वधिया मनी जाती है बिल्कुल जी एक तो जी उनकी रहनी सहनी है वो साडे लोगों बहुत ज़्यादा मिलती है हाँ जी कद रोड चलता उ कि 24 घंटे है ना रोड बहुत भरया रहा कई बार होया सिद्धू मूसेवाले का होर रुकया कई बार हाँ जी मुंडे आते हैं वो मुंडे होर आते हैं अच्छा जी हाँ जी एक दो डैडी भी आए उन्होंने अच्छा और डैडी भी रुके उन्होंने हाँ जी हाँ जी हाँ अच्छा अच्छा तो वह कि हूँ जो मैं गल कर दाँ कि 11 ट्रैक्टर दिता सी और 11 ट्रैक्टर की कोई गल दसो किमें दिता 11 ट्रैक्टर बस वह देख के ना 11 वर्गा भी चल मुंडा भी जवान है वो ला के दिता सी मैं दोस्तों गल दसनी चाहना कि बई नूं मिलिया ती सिद्धू मूसेवाले नूं 11 ट्रैक्टर भागो माजरे कबड्डी कप दे उपरों तकरीबन हो गया कोई 1.5 साल हाँ 1.5 साल पहला कबड्डी कबड्डी कप होया थी मेरे ख्याल 2000 शायद 20 दी गल होनी ते उदो कबड्डी कप हुंदा भागो माजरे उत्थों सिद्धू मूसेवाले नूं 11 ट्रैक्टर मिलता ते नाल ओह कि टीम सी मतलब ओह कि ला लो पूरी कमेटी सी उन्हां दे विच बई होरी भी से इन्होंने गिफ्ट करा सी ते उस तों बाद तुसीं ढाबा भी कदों आओगे लांडरा बनूड़ रोड दे उपर तां एक बार रुक के जरूर जायो अगर सिद्धू मूसेवाले नूं पसंद करदे हो तां बाई होरां लवे चाह पानी जरूर पी के जायो ते बाई किवें फोटोआं लाईआं होईआं ने कई वारी देखदे आ कि बाई किवें विवादां दे विच रहिंदा है ना लोक लत्तां खिच्चणा बहुत कई वारी कह भी दिंदे ने लोक भी सिद्धू मूसेवाले दी फोटो क्यों लाई आ हाँ जी बहुत कहिंदे ने हाँ जी फिर उदों तुहाडा की जवाब हुंदा नहीं जो चीज़ सानूं पसंद है उहदी असीं ला सकदे आ कई वारी सिंगतां नहीं फसे किसे नाल फोटोआं विच भी तां फोटो क्यों लाईआ नहीं बहुत फसदे आ पैग लग शाम नूं बहुत अच्छा बहुत मुंडे हैं अच्छा हूँ देख लो 2-3 घंटे तक आना 100 मुंडे ने आना है पार्टी करनी है बर्थडे मुंडे का वो भी जानू कहते भी अं जावे पर साढ़े को अच्छा मिलन कहें हाँ जी हाँ जी हाँ अच्छा बिच कई विरोधी भी आ जाते हैं भी फोटो क्यों लाइया ने चल इतना होंगे ही है विरोधता तो फिर जी चीज़ी चढ़ाई हो चढ़ाई होड़ी की चढ़ाई होगी ना वो विरोधता तो होंगी होंगी है हूँ साड़ी विरोधता बथेरी है ये बंदे नहीं चाहते इस चीज़ को जिते चढ़ाई है वो फिर विरोधता भी होंगी होंगी उस चीज़ की तो दोस्तों ये एक छोटी जी वीडियो सी मकसद सिर्फ इन्ना कि दस्या जाए सूँ कि ढाबे के बई होर गलबात करी जाए लंघे जा रहे थे तो दोस्तों धन्यवाद वीडियो देखने लिए मिलते हैं एक होर नवी वीडियो नाल